سامان ادھورا رہتا ہے جب تک نہ کرے خالق کی. ایک سلامات پڑھ لو سارے صحیح رل کے. میں گزارش کیتی ہے خیبر 39 دن گزر گئے پروگرس بالکل کوئی نہیں ہوئی. ماشاءاللہ وی شعور حضرات تشریف فرما ہو اگر لڑائی ہوئی ہو دی طرفین چ کوئی تا پھٹڑ ہوندا. شاہ جی خدا پاک دی قسم ہے بہت سارے پہلوان تا گئے ہی نہیں میدان وچ. کیوں او رواج آ رجز پڑھن دا. اے رجز کیا ہوندے پہلوان میدان وچ آندا نا او اپنا تعارف کرویندا کہ میرے پیو دا نام اے ہے میرے بابا جان نے اے مار کے مارے میرے ڈاڈے دا نام اے ہے میرے ڈاڈا جان نے اے مار کے مارے. اس دکھوں گئے ہی نہیں کوئی. کیوں کئی میدان وچ نہیں گئے. کیوں نہیں گئے میدان جا کے پیو دا نام دسنا پیندا. سمجھ نہیں آئی اے ملک چ انتشار پیدا کرن واسطے اے کیڑی سپا سوابا. اے سپا سوابا میں ہاں سوابا اکرام دا سپاہی. ہاں ذرا پڑھ کے ویکھو تاریخ اصحاب فان جو پایا تو علی یاد آیا حق عرفان 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 جو پایا تو علی یاد آیا. شعر پورا کرے نا حق عرفان جو پایا تو علی یاد آیا دل میں قرآن سمایا تو علی یاد آیا دل میں قرآن سمایا تو علی یاد آیا. شوق پیدا ہویا میں حج کروں حج جاؤ. اے کیا اصحاب اکرام دی اے اے تعلیمات ہیں. او بھائی تاریخ پڑھ کے دیکھو اصحاب اکرام تا لڑائی پسند ہی نہ کر دے. او تا بڑیاں پر امن شخصیات ہن. ان تاری دن گزر گئے پروگرس نہیں ہوئی. یا اللہ انہاں تے خیبر فتح ہوندا نظر نہیں آندا. آواز حبیب کوئی میں تینوں آکھیا انہاں نوں لایا تو تا آپ کڑما چاری جفا تھا کلو تے جند نام خیبر دی پتا ہے ساڈ ماں سردار کون ہے. میں شیر چرس کر دیتے جنگ جو جو ہے خیبر میں آئے ہوئے ہیں یہ بازو تیرے آزما ہے اب نظر کری
ਦਾ ਪੜ੍ਹ ਕੇ ਛੋੜਨਾ ਪੋਸੀ। ਪੜ੍ਹ ਲਓ ਸੰਵਾਦ ਸਾਰੇ ਰਲ ਕੇ। ਹੱਕਾ ਇਰਫਾਨ ਜੋ ਪਾਇਆ ਤੋ ਅਲੀ ਯਾਦ ਆਇਆ, 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 ਹੱਕਾ ਇਰਫਾਨ ਜੋ ਪਾਇਆ ਤੋ ਅਲੀ ਯਾਦ ਆਇਆ। ਸ਼ੇਰ ਪੂਰਾ ਕਰੇ ਨਾ। ਹੱਕਾ ਇਰਫਾਨ ਜੋ ਪਾਇਆ ਤੋ ਅਲੀ ਯਾਦ ਆਇਆ, ਦਿਲ ਮੇ ਕੁਰਾਨ ਸਮਾਇਆ ਤੋ ਅਲੀ ਯਾਦ ਆਇਆ, ਦਿਲ ਮੇ ਕੁਰਾਨ ਸਮਾਇਆ ਤੋ ਅਲੀ ਯਾਦ ਆਇਆ। ਸ਼ੌਕ ਪੈਦਾ ਹੋਇਆ ਮੈਂ ਹੱਜ ਕਰਾਂ, ਹਾਜੀ ਸਾਹਿਬ ਕੋਲ ਗਿਆ, ਹਾਜੀ ਸਾਹਿਬ ਹੱਜ ਕਿਵੇਂ ਕਰੀਂਦੇ? ਉਹਨਾਂ ਫਰਮਾਇਆ ਪਾਸਪੋਰਟ ਵੀ ਸਹੀ ਹੋ ਕੇ ਬਲਾ ਹੁੰਦੀ ਹੈ, ਇਹ ਦਫ਼ਤਰ ਦਾ ਪਤਾ ਹੀ, ਜਾ ਇਤਨੀਆਂ ਤਸਵੀਰਾਂ ਤੁਰਵਾ, ਦਫ਼ਤਰ ਜਾ, ਫਾਰਮ ਲੈ ਕੇ ਆ, ਫਾਰਮ ਲੈ ਕੇ ਆ ਗਿਆ, ਪੁਰ ਕਰਾ, ਫਾਰਮ ਪੁਰ ਕਰਾਏ, ਇਤਨੇ ਪੈਸੇ, ਇਹ ਫਾਰਮ, ਇਹ ਤਸਵੀਰਾਂ, ਉਸੇ ਦਫ਼ਤਰ ਜਾ ਕੇ ਜਮ੍ਹਾਂ ਕਰਾ ਕੇ ਆ, ਤੇਰਾ ਪਾਸਪੋਰਟ ਬਣ ਸੀ, ਜਮ੍ਹਾਂ ਕਰਾਇਆ, ਪੰਜ ਗਾਨਾ ਨਿਮਾਜ਼ੀ ਦੁਆਈ, ਯਾ ਅੱਲਾ ਪਾਸਪੋਰਟ ਬਣ ਜਾਏ, ਬਣ ਗਿਆ ਪਾਸਪੋਰਟ, ਖੁਸ਼ੀ ਖੁਸ਼ੀ ਲੈ ਗਿਆ, ਹਾਜੀ ਸਾਹਿਬ ਤਿਆਰੀ ਕਰਾਂ, ਪਾਸਪੋਰਟ ਆ ਗਏ, ਉਹਨੇ ਕਹਿ ਜੇ ਨਹੀਂ ਇੱਥੇ ਪੈਸੇ ਹੀ ਨਹੀਂ, ਹਾਂ ਸਹੀ ਹਿੰਦ, ਚੱਲ ਮੇਰੇ ਨਾਲ, ਗਏ ਪਾਸਪੋਰਟ ਜਮ੍ਹਾਂ ਕਰਾਇਆ, ਪੈਸੇ ਜਮ੍ਹਾਂ ਕਰਾ ਦਿੱਤੇ, ਹੁਣ ਤੇਰਾ ਵੀਜ਼ਾ ਲੱਗ ਸੀ, ਲੱਗ ਗਿਆ ਵੀਜ਼ਾ, ਬੜਾ ਖੁਸ਼, ਤਿਆਰੀ ਹੋ ਗਈ, ਬੜਾ ਬੇਕਰਾਰ ਬੜਾ ਬੇਕਰਾਰ, ਕਦਾ ਵੈਸੋ ਅੱਲਾ ਦਾ ਘਰ ਦੀ ਜ਼ਿਆਰਤ ਕਰਸਾਂ, ਕਦਾ ਵੈਸਾ ਅੱਲਾ ਦੇ ਘਰ ਦਾ ਤਵਾਫ ਕਰਸਾਂ, ਕਦਾ ਵੈਸਾ ਅੱਲਾ ਦੇ ਘਰ ਦੇ ਬੋਸੇ ਗਿਣਸਾਂ, ਮੈਂ ਸ਼ੇਰ ਹੀ ਚਰਸ ਕਰ ਦਿੱਤੇ ਆਪਣੇ ਘਰ ਸੇ ਮੈਂ ਚਲਾ ਕਰ ਜੀ, ਫਿਰ ਪੜ ਦੇਣਾ, ਫਿਰ ਪੜ ਦੇਣਾ, ਆਪਣੇ ਘਰ ਸੇ ਮੈਂ ਚਲਾ ਕੇ ਗਿਆ ਤਾਂ ਹੱਜ ਕਾ, ਮੇਰੀ ਨੀਅਤ ਕੀ ਕਰੂੰਗਾ ਮੈਂ ਤਵਾਫੇ ਕਾਬਾ, ਕਾਬਾ ਜਬ ਸਾਹਮਣੇ, ਕਾਬਾ ਜਬ ਸਾਹਮਣੇ ਆਇਆ ਤੋ ਅਲੀ ਯਾਦ ਆਇਆ, ਹੱਕਾ ਇਰਫਾਨ ਜੋ ਪਾਇਆ ਤੋ ਅਲੀ ਯਾਦ ਆਇਆ। ਕਿਸਮਤ ਕਾਬਾ ਕੀ ਬੇਦਾਰੀ ਕਾ ਸਾਮਾ ਹੋ ਗਿਆ, ਔਰ ਆਯਤ ਦੇ ਤਤਹੀਰ ਬਣ ਕਰ ਕੋਈ ਮਹਿਮਾ ਹੋ ਗਿਆ, ਔਰ ਦੇਖ ਕਰ ਰੂਏ ਅਲੀ ਅਸਨਾਮ ਸਭ ਗਿਰਨੇ ਲਗੇ, ਇਸ ਲਈ ਕਿ ਫੈਜ ਵਜਹ ਉੱਲਾ ਸੇ ਕਾਬਾ ਮੁਸਲਮਾਨ। ਸਲਾਮਤ ਰਹੋ, ਆਬਾਦ ਰਹੋ, ਬੜੇ ਢਿੱਲੇ ਹੋ, ਅਲੀ ਉੱਚਾ ਨਾਰਾ ਮਾਰੋ, ਨਾਰਾ ਹੈਦਰੀ, ਸਲਾਮਤ ਰਹੋ। ਇਧਰ ਅਲੀ ਅਲੀ ਕਰਦੇ ਆ, ਇਹ ਕੋਈ ਆਦਤਨ ਨਹੀਂ ਕਰਦੇ, ਆਦਤ ਨਹੀਂ ਪਈ ਹੋਈ ਸਾਨੂੰ ਅਲੀ ਅਲੀ ਕਰਨ ਦੀ, ਆਪਣਾ ਈਮਾਨ ਸਮਝ ਕੇ ਅਲੀ ਅਲੀ ਕਰਨੇ। ਗੌਰ ਕੀਤੋ ਨੇ, ਖੁਦਾ ਦੀ ਕਸਮ ਸਾਰੇ ਦਿਨ ਦਾ ਥਕੇੜਾ ਲੈ ਜਾ ਸੀ, ਆਪਣਾ ਈਮਾਨ ਸਮਝ ਕੇ ਅਲੀ ਅਲੀ ਕਰਦੇ ਆ। ਅਦੀਲਾ ਬਜ਼ੁਰਗਾ, ਬਹੁਤ ਸਾਰੇ ਲੋਕ ਐਸੇ ਜਿਹੜੇ ਅਲੀ ਅਲੀ ਕਰਨਾ ਚਾਹੁੰਦੇ ਨਹੀਂ, ਲੇਕਿਨ ਮਾਹੌਲ ਐਸਾ ਪੈਦਾ ਹੋਵੇਂਦੇ ਮਜਬੂਰਨ ਅਲੀ ਅਲੀ ਕਰਨਾ ਪੈ ਜਾਂਦਾ ਉਹਨਾਂ ਨੂੰ, ਇਹ ਜਾ ਤੁਹਾਨੂੰ ਮੈਂ ਮਾਹੌਲ ਦਿਖਾਉਣਾ ਚਾਹੁੰਦਾ।
آؤ پیر بابا ٹائم ہوتا آدھے سید ہے نا سید جو ہے نائی ذات دی قیدن سائن رہنم نائی ذات دی قیدن سائن رہنم حکومت زنجیر پا گئی بیا ڈھل دی دیگر دہنی دید سارے چادر چپ کر کے نہیں ذات دی قیدن سائر ونم حکومت زنجیر پا گئی بیا ڈھل دی دیگر دہنی دی